ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਮਾਤਰਾ ਚ ਵੈਕਸੀਨ ਦੀ ਕਮੀ ਕਾਰਨ ਬਿਨਾਂ ਵੈਕਸੀਨ ਲਗਵਾਏ ਪਰਤੇ ਲੋਕਾਂ ਨੇ ਲੋੜੀਂਦੀ ਵੈਕਸੀਨ ਦੇ ਪ੍ਰਬੰਧ ਕਰਨ ਦੀ ਕੀਤੀ ਮੰਗ। ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਵੈਕਸੀਨ ਲਗਵਾਉਣ ਦੇ ਲਈ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰੰਤੂ ਸਰਕਾਰੀ ਹਸਪਤਾਲਾਂ ਵਿੱਚ ਵੈਕਸੀਨ ਦੀ ਕਮੀ ਕਾਰਨ ਲੋਕਾਂ ਨੂੰ ਬਿਨਾਂ ਵੈਕਸੀਨ ਲਗਵਾਏ ਵਾਪਸ ਪਰਤਣਾ ਪੈ ਰਿਹਾ ਹੈ। ਭਾਵੇਂ ਸਿਹਤ ਵਿਭਾਗ ਦੇ ਕਰਮਚਾਰੀ ਹਸਪਤਾਲ ਵਿੱਚ ਵੈਕਸੀਨ ਲਗਵਾਉਣ ਦੇ ਲਈ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ, ਪਰੰਤੂ ਵੈਕਸੀਨ ਦੀ ਕਮੀ ਹੋਣ ਕਾਰਨ ਉਹਨਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਰ ਦੇਖਿਆ ਜਾਵੇ ਤਾਂ ਲੋਕ ਵੀ ਵੈਕਸੀਨ ਲਗਵਾਉਣ ਦੇ ਲਈ ਲੰਬਾ ਸਫ਼ਰ ਤੈਅ ਕਰਕੇ ਜਦੋਂ ਲਾਈਨਾਂ ਵਿੱਚ ਲੱਗਦੇ ਹਨ ਤਾਂ ਵਾਰੀ ਆਉਂਦੀ ਹੈ ਤਾਂ ਵੈਕਸੀਨ ਖਤਮ ਹੋ ਜਾਂਦੀ ਹੈ। ਇਸ ਸੰਬੰਧੀ ਲੋਕਾਂ ਦਾ ਕਹਿਣਾ ਹੈ ਕਿ ਉਹ ਸਵੇਰੇ ਤੋਂ ਆ ਕੇ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜ ਕੇ ਇੰਤਜ਼ਾਰ ਕਰਦੇ ਹਨ ਅਤੇ ਵੈਕਸੀਨ ਲਗਵਾਉਣ ਲਈ ਇਕੱਠੀ ਕੀਤੀ ਭੀੜ ਕੋਰੋਨਾ ਮਹਾਮਾਰੀ ਨੂੰ ਬੜਾਵਾ ਦਿੰਦੀ ਹੈ। ਉੱਥੇ ਹੀ ਉਹ ਬਿਨਾਂ ਵੈਕਸੀਨ ਲਗਵਾਏ ਵਾਪਸ ਜਾਂਦੇ ਹਨ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਵਿੱਚ ਆਉਣ ਵਾਲੀ ਵੈਕਸੀਨ ਦੇ ਹਿਸਾਬ ਦੇ ਨਾਲ ਹੀ ਲੋਕਾਂ ਨੂੰ ਲਾਈਨਾਂ ਵਿੱਚ ਖੜਾ ਕੀਤਾ ਜਾਵੇ ਤਾਂ ਜੋ ਜ਼ਿਆਦਾ ਲੋਕਾਂ ਦੀ ਭੀੜ ਇਕੱਠੀ ਨਾ ਹੋਵੇ। ਮੈਂ ਵਿਕਰਮਜੀਤ ਸਿੰਗਲਾ ਜੀ, ਮੈਂ ਆਪਣਾ ਟੀਕਾ ਪਹਿਲਾਂ ਟੀਕਾ ਲਵਾਉਣ ਆਇਆ ਸੀ। ਫਸਟ ਟਾਈਮ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਇੱਥੇ ਪਤਾ ਲੱਗਿਆ ਵੀਹ ਕੁ ਦੂਜਿਆਂ ਨੇ। ਮੈਂ ਇਹਨਾਂ ਨੂੰ ਇੱਕ ਗੱਲ ਕਹੀ, ਮੈਡਮ ਬੰਦੇ ਅਸੀਂ ਇਸ ਟਾਈਮ ਪੰਜਾਹ ਦੇ ਆਲਰੇਡੀ 100 ਪੋਜ਼ਿਟਿਵ ਹੋ ਗਏ। ਮੈਂ ਮੈਡਮ ਜੀ ਜਦ ਤੁਹਾਡੇ ਕੋਲ 20 ਦੂਜਿਆਂ ਨੇ, ਤੁਸੀਂ ਨੀਚੇ ਇੱਕ ਟੋਕਨ ਸਿਸਟਮ ਲਾ ਦਿਓ, 20 ਬੰਦੇ ਹੀ ਉੱਤਰ ਆਉਣ ਤਾਂ ਕਿ ਇੱਕੀਵੇਂ ਬੰਦਾ ਨਾ ਆ ਗਏ ਸਾਨੂੰ ਇਹਨੂੰ ਤੁਹਾਡੇ ਕੋਲ 20 ਦੂਜਿਆਂ ਨੇ 20 ਲਾ ਦਿਓ। ਪਰ ਘੱਟੋ ਘੱਟ ਜੇ ਕੋਈ ਬੰਦਾ ਸਹੀ ਸਲਾਮਤ ਆਇਆ ਦੁਬਾਰਾ ਕੋਵਿਡ ਹੋ ਕੇ ਕਹਿੰਦਾ ਜਾਵੇ ਸਾਡੇ ਹਸਪਤਾਲ 'ਚ। ਅਸੀਂ ਇਹ ਕਹਿੰਦੇ ਜੇ ਕਹਿੰਦੇ ਸਾਡੇ ਕੋਲ ਮੈਡਮ ਕਹਿੰਦੇ ਬੰਦੇ ਨਹੀਂ ਹੈਗੇ ਟੋਕਨ ਵਾਲੇ। ਮੈਂ ਜੀ ਬੰਦਾ ਕੋਈ ਐਨਜੀਓ ਲੈ ਲਓ, ਤੁਸੀਂ ਸ਼ਹਿਰ 'ਚ ਬਥੇਰੀਆਂ ਸੰਸਥਾਵਾਂ ਨੇ ਦੇਖਣਾ ਤੁਹਾਨੂੰ ਟੋਕਨ ਸਿਸਟਮ ਹੋ ਗਿਆ ਜੀ, ਜਿੰਨੇ ਦੂਜੇ ਇਹਨਾਂ ਕੋਲ ਆਉਂਦੇ ਨੇ ਲਾਉਣ। ਬਾਕੀ ਮੈਂ ਗੌਰਮੈਂਟ ਨੂੰ ਬੇਨਤੀ ਕਰਦਾ ਵੀ ਸਾਡਾ ਐਡਾ ਵੱਡਾ ਸ਼ਹਿਰ ਹੈ, ਹਰਿਆਣੇ ਦਾ ਸਾਨੂੰ ਬਾਰਡਰ ਪੈਂਦਾ, ਸਟੇਟ ਦਾ ਬਾਰਡਰ, ਸਟੇਟ ਦੇ ਉੱਤੇ ਸਾਡੇ ਸ਼ਹਿਰ ਨੂੰ ਵੱਧ ਤੋਂ ਵੱਧ ਹੋ ਜਾਂਦੇ ਜਾਣ ਤਾਂ ਕਿ ਲੋਕ ਇਸ ਮਹਾਂਮਾਰੀ ਤੋਂ ਬਚ ਸਕਣ। ਲਗਭਗ 100-125 ਸੀ, 20 ਡੋਜ਼ਾਂ, ਬਾਕੀ ਸਾਰੇ ਵਾਪਸ ਜਾ ਰਹੇ ਨੇ। ਅੱਜ ਆ ਵੀ ਰਹੇ ਨੇ, ਦੇਖੋ ਤੁਸੀਂ ਜਾ ਰਹੇ ਹੋ ਸਾਰੇ ਵਾਪਸ, ਉਸ ਬਾਗੇ ਪਹਿਲਾਂ ਵੀ ਜਾ ਰਹੇ ਨੇ। ਉਹ ਤਾਂ ਸਰਕਾਰ ਦਾਅਵੇ ਕਰ ਰਹੀ ਹੈ ਵੱਡੇ ਵੱਡੇ, ਅਸੀਂ ਸਰਕਾਰ ਦੀ ਚਲੋ ਇਸ ਗੱਲ ਤੇ ਕਰਦੇ ਵੀ ਸਰਕਾਰ ਵੈਕਸੀਨ ਲਾ ਰਹੀ ਹੈ, ਪਰ ਸਰਕਾਰ ਨੂੰ ਇੱਕੋ ਬੇਨਤੀ ਕਰਦੇ ਵੀ ਜਿੱਥੇ ਐਡੇ ਐਡੇ ਦਾਅਵੇ ਹੋ ਰਹੇ ਨੇ ਤਾਂ ਵੱਧ ਤੋਂ ਵੱਧ ਵੈਕਸੀਨ ਭੇਜੀ ਜਾਵੇ ਤਾਂ ਕਿ ਪਬਲਿਕ ਨੂੰ ਵੱਧ ਤੋਂ ਵੱਧ ਵੈਕਸੀਨ ਲੱਗੇ, ਲੋਕ ਇਸ ਕੋਵਿਡ ਤੋਂ ਬਚ ਸਕਣ, ਮਹਾਂਮਾਰੀ ਤੋਂ ਬਚ ਸਕਣ। ਕੁਮਾਰ ਜੀ ਟੀਕਾ ਲਵਾਉਣ ਆਏ ਸੀ? ਮੈਂ ਜੀ ਟੀਕਾ ਲੱਗਿਆ ਨੀ ਜੀ, ਜਦੋਂ ਨੰਬਰ ਆਇਆ ਲੱਗੇ ਲਾਈਨ ਚ ਨੰਬਰ ਪਹੁੰਚਿਆ ਉਦੋਂ ਵੈਕਸੀਨ ਖਤਮ ਹੋ ਗਈ ਜੀ। ਹੁਣ ਕਹਿੰਦੇ ਜੀ ਸੋਮਵਾਰ ਨੂੰ ਆਇਓ, ਜੇ ਵੈਕਸੀਨ ਆ ਗਈ ਤਾਂ ਟੀਕਾ ਲੱਗੂਗਾ ਜੀ। ਅੱਜ ਜਦੋਂ ਅਸੀਂ ਆਏ ਸੀ ਜੀ, ਹੈ ਸੀ 60-70 ਬੰਦੇ ਤੇ ਸਾਡਾ ਨੰਬਰ ਆਉਂਦੇ ਆਉਂਦੇ ਵੈਕਸੀਨ ਖਤਮ ਹੋ ਗਈ ਜੀ, ਕਹਿੰਦੇ 2 ਵਜੇ ਆਈ ਸੀ। ਬਸ ਹੁਣ ਜਾਣਾ ਪੈਣਾ ਜੀ, ਕਹਿੰਦੇ ਵੀ ਸੋਮਵਾਰ ਨੂੰ ਆਇਓ, ਜੇ ਕੱਲ ਨੂੰ ਐਤਵਾਰ ਨੂੰ ਆ ਗਈ ਤਾਂ ਲੱਗ ਜੂ ਵੀ, ਨਹੀਂ ਫਿਰ ਸੋਮਵਾਰ ਨੂੰ। ਸਾਨੂੰ ਘੰਟਾ ਡੇਢ ਹੋ ਗਈ, ਬਸ ਸਰਕਾਰ ਵੱਧ ਤੋਂ ਵੱਧ ਡੋਜ਼ ਭੇਜੇ ਜੀ, ਅੱਬਲ ਤਾਂ ਛੇਤੀ ਕੋਈ ਆਉਂਦਾ ਨੀ, ਜੇ ਆਉਂਦਾ ਤਾਂ ਡੋਜ਼ ਨੀ ਮਿਲਦੀ। ਮੈਂ ਟੀਕਾ ਲਵਾਉਣ ਆਇਆ ਸੀ, ਨਹੀਂ ਕਹਿੰਦੇ ਦਵਾਈ ਮੁੱਕ ਗਈ, ਨਾ ਦਵਾਈ ਹੈ ਨੀ। ਹੁਣ ਤਾਂ ਸਾਰੇ ਹੋਣਗੇ ਜਿਹੜੇ ਵਾਪਸ ਜਾਣਗੇ, ਅਜੇ ਤਾਂ ਟਾਈਮ ਹੋਇਆ ਹੀ ਨਹੀਂ ਆਉਣ ਦਾ। ਹੁਣ ਤਾਂ 10-12 ਮੇਰੇ ਸਾਹਮਣੇ ਗਏ ਨੇ, ਮੁੱਕ ਅਸੀਂ ਕਹਿੰਦੇ ਵੀ ਵੈਕਸੀਨ ਪਹਿਲਾਂ ਤਾਂ ਕਹਿੰਦੇ ਲਵਾਉਂਦੇ ਨੇ ਲੋਕ, ਹੁਣ ਜੇ ਲਵਾਉਣ ਆਉਂਦੇ ਨੇ ਲੋਕ, ਹੁਣ ਬੈਠੇ ਨਾ ਇੰਨੀ ਜੀ ਸਰਕਾਰ ਨੂੰ ਪ੍ਰਵਾਨ ਕਰਨ ਦੀ ਲੋੜ ਹੈਗੀ। ਹਾਂਜੀ ਬਿਲਕੁਲ। ਪਾਤਰਾ ਤੋਂ ਸਤਪਾਲ ਗਰਗ ਦੀ ਰਿਪੋਰਟ।